ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਆਪਣਾ ਅਮਜਦ ਰਾਣਾ ਤੇ ਅੱਜ ਮੈਂ ਬੋਲ ਰਿਹਾ ਬੀਕੇ ਫਨ ਟੀਵੀ। ਬੀਕੇ ਫਨ ਟੀਵੀ ਇਹ ਤੁਹਾਡਾ ਚੈਨਲ? ਹਾਂਜੀ। ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ, ਸਰ ਬਿਸ਼ੀ ਖਾਨ ਸਾਹਿਬ ਨੂੰ ਵਿਖਾਓ। ਇਹ ਬਹੁਤ ਭਾਜੀ ਮਾੜਾ ਕੰਮ ਹੋਇਆ ਪਿਆ। ਕਿੰਨੇ ਸਬਸਕ੍ਰਾਈਬਰ ਰਹਿ ਗਏ ਨੇ? ਮੇਰੇ ਰਹਿ ਗਏ ਨੇ 98। 98 ਸਬਸਕ੍ਰਾਈਬਰ ਰਹਿ ਗਏ ਨੇ, ਤੇ ਚਲੋ ਜੇ 98 ਸਬਸਕ੍ਰਾਈਬਰ ਤੁਸੀਂ ਕਰ ਦਿਓ ਤੇ ਉਹਦੇ ਘਰ ਦੀ ਰੋਟੀ ਚੱਲ ਪਏਗੀ। ਅਤੇ ਬੰਦਾ ਹੈਗਾ ਮਾੜਾ, ਅਤੇ ਬੀਕੇ ਫਨ ਟੀਵੀ ਨੂੰ ਜਿਤਨਾ ਸਬਸਕ੍ਰਾਈਬ ਕਰ ਸਕਦੇ ਹੋ ਕਰੋ। ਹੋਰ ਬੀਸੀ ਸਾਹਿਬ ਕਿੰਨੇ ਸਾਲ ਹੋ ਗਏ ਕੰਮ ਕਰਦੇ ਹੋ? ਮੈਨੂੰ ਹੋ ਗਏ ਨੇ 30-35 ਸਾਲ ਹੋ ਗਏ। ਅਤੇ ਕੀ ਕਮਾਇਆ ਜੀ ਤੁਸੀਂ ਫੀਲਡ 'ਚੋਂ? ਕੁਛ ਵੀ ਨਹੀਂ। ਅੱਛਾ, ਹਾਂਜੀ। ਕੁਛ ਵੀ ਨਹੀਂ ਕੀ ਮਤਲਬ? ਮੇਰਾ ਮਤਲਬ ਹੈ ਕਿ ਘਰ ਦਾ ਕਿਚਨ ਹੀ ਚੱਲਿਆ ਜਦੋਂ ਦਾ ਮੈਂ ਫੀਲਡ ਦੇ ਵਿੱਚ ਆਇਆ ਨਾ। ਜਿਸ ਤਰ੍ਹਾਂ ਦੂਸਰੇ ਫਨਕਾਰ ਦਿਹਾੜੀ ਲਾਉਂਦੇ ਨੇ, ਤੁਸੀਂ ਦਿਹਾੜੀ ਨਹੀਂ ਲਾਉਂਦੇ? ਨਹੀਂ, ਦਿਹਾੜੀ ਨਹੀਂ, ਇਮਾਨਦਾਰੀ ਨਾਲ ਕੰਮ ਕੀਤਾ। ਅੱਲਾ ਦਾ ਸ਼ੁਕਰ ਹੈ, ਇਮਾਨਦਾਰੀ ਨਾਲ ਕੰਮ ਕਰ। ਮੈਂ ਵੀ ਇਮਾਨਦਾਰੀ ਨਾਲ ਹੀ ਕੰਮ ਕਰਨਾ, ਲੇਕਿਨ ਬਾਕੀ ਫਨਕਾਰ ਸ਼ਿਹਾਰ ਨੇ ਤੁਹਾਡੇ ਤੋਂ ਇੱਧਰ ਉੱਧਰੋਂ ਪੈਸੇ ਫੜ ਲੈਂਦੇ। ਉਹ ਫੜ ਲੈਂਦੇ ਨੇ, ਲੇਕਿਨ ਮੈਂ ਕਹਿੰਦਾ ਜਿਹੜੇ ਮੇਰੇ ਮੌਕੇ ਨੇ ਮੈਨੂੰ ਉਹ ਹੀ ਮਿਲ ਜਾਣ ਤੇ ਬੜੀ ਗੱਲ। ਲੇਕਿਨ ਅਗਰ ਤੁਸੀਂ ਕਿਸੇ ਦੇ ਸਾਹਮਣੇ ਹੋਵੋ ਤਾਂ ਤੁਸੀਂ ਵੈਸੇ ਮੰਗਣ ਵਾਲੇ ਲੱਗਦੇ ਹੋ, ਤਾਂ ਤੁਹਾਨੂੰ ਕਿਉਂ ਨਹੀਂ ਦਿੰਦੇ? ਉਹ ਤਾਂ ਤੁਹਾਡੀ ਗੱਲ ਸਹੀ ਹੈ, ਵੇਖ ਕੇ ਲੋਕ ਮੈਨੂੰ ਆਪ ਦੇ ਏਜੰਟ ਤੇ ਦੇ ਜਾਣ, ਮੈਂ ਨਹੀਂ ਕਦੀ ਅੱਗੇ ਹੱਥ ਕੀਤਾ ਕਿ ਦਿਓ ਜੀ ਮੈਨੂੰ। ਅੱਛਾ, ਇਹ ਅੱਲਾ ਦਾ ਸ਼ੁਕਰ ਹੈ। ਤੇ ਬੱਚੇ ਕਿੰਨੇ ਨੇ? ਬੱਚੇ ਮਾਸ਼ਾਅੱਲਾ ਮੇਰੇ 4 ਨੇ, 3 ਬੇਟੀਆਂ ਨੇ, 1 ਬੇਟਾ ਹੈ। ਪੰਜਾਬ ਦੇ ਕਿਹੜੇ ਕਿਹੜੇ ਸ਼ਹਿਰ 'ਚ ਪਰਫਾਰਮ ਕੀਤਾ? ਗੁਜਰਾਂਵਾਲਾ, ਮੁਲਤਾਨ, ਫੈਸਲਾਬਾਦ, ਸਾਹੀਵਾਲ, ਉਸ ਤੋਂ ਬਾਅਦ ਸਾਦਕਾਬਾਦ, ਰਹੀਮ ਯਾਰ ਖਾਨ। ਪਾਕਿਸਤਾਨ ਦਾ ਕੋਈ ਐਸਾ ਸ਼ਹਿਰ ਨਹੀਂ ਜਿੱਥੇ ਜਿੱਥੇ ਠੇਠੇ ਦਾ ਬਾਅਦ ਹੈ ਨਾ, ਉੱਥੇ ਉੱਥੇ ਮੈਂ ਕੰਮ ਕੀਤਾ। ਪਿੰਡਾਂ ਥਾਵਾਂ 'ਚ ਵੀ? ਪਿੰਡਾਂ ਥਾਵਾਂ 'ਚ ਵੀ ਕੀਤਾ, ਦਾਣਿਆਂ ਤੋਂ ਵੀ ਕਰਦੇ ਰਹੇ ਅਸੀਂ ਕੰਮ। ਦਾਣਿਆਂ ਤੋਂ ਕੰਮ ਕਰਦੇ ਰਹੇ ਨੇ, ਬੜੀ ਗੱਲ। ਟਿਕਟ ਦੇ ਪੈਸੇ ਨਹੀਂ ਆਏ, ਲੋਕ ਦਾਣੇ ਦੇ ਗਏ ਨੇ। ਸਾਡੇ ਇੱਕ ਨਾ ਪੁਰਾਣੇ ਡਾਇਰੈਕਟਰ ਸਨ, ਅਲਾਉਦੀਨ ਪਾਪਾ ਸਾਹਿਬ। ਹਾਂਜੀ। ਅਤੇ ਉਹ ਨਾ ਡਰਾਮਾ ਲਾ ਦਿੰਦੇ ਸੀ ਜਦੋਂ ਕਣਕ ਵੱਢੀ ਗਈ ਨਾ, ਤਾਂ ਕਹਿਣਾ ਯਾਰ ਕਣਕ ਇਸ ਪਿੰਡ 'ਚ ਵੱਢੀ ਗਈ, ਆਪਾਂ ਉੱਥੇ ਡਰਾਮਾ ਕਰਨਾ, ਟਿਕਟਾਂ ਨਾ ਵੀ ਹੋਈਆਂ ਅਤੇ ਆਪਾਂ ਨੂੰ ਕਣਕ ਉਹ ਸੀ 8-8 ਬੋਰੀਆਂ, 3-3 ਬੋਰੀਆਂ, 4। ਉਹ ਫਿਰ ਸਾਨੂੰ ਵੀ ਵਿੱਚੋਂ ਕਣਕ ਦੇ ਕੇ ਅਤੇ ਫਿਰ ਉੱਥੇ ਹੀ ਵੇਚ ਦਿੰਦੇ ਹੁੰਦੇ ਸਨ। ਥੋੜ੍ਹਾ ਜਿਹਾ ਮੂੰਹ ਹੈ ਜੀ ਮੇਰੇ ਕੋਲ, ਪਤਾ ਕਈ ਰੋਸ਼ਨ ਮੂੰਹ ਹੈ ਤੁਹਾਡਾ। ਨਹੀਂ ਤਾਂ ਪਿਸ਼ੀ ਸਾਹਿਬ, ਤੁਹਾਡੇ ਨਾਲ ਜਿਹੜੇ ਫਨਕਾਰਾਂ ਨੇ ਫਨ ਦਾ ਸਫ਼ਰ ਸ਼ੁਰੂ ਕੀਤਾ, ਉਹ ਬੁਲੰਦੀਆਂ 'ਤੇ ਪਹੁੰਚੇ ਨੇ? ਹਾਂਜੀ, ਇਹ ਸਲੀਮ ਅਲਬੇਲਾ ਸਾਹਿਬ ਹੋ ਗਏ ਨੇ, ਜ਼ਫਰੀ ਖਾਨ ਸਾਹਿਬ ਹੋ ਗਏ ਨੇ, ਜਿੰਨੇ ਵੀ ਯਾਨੀ ਕਿ ਇਸ ਟਾਈਮ ਸਟਾਰ ਨੇ ਨਾ, ਇਹ ਮੇਰੇ ਸਟਰਗਲੀ ਯਾਰ ਨੇ। ਮੈਂ ਇਹਨਾਂ ਦੇ ਨਾਲ ਸਲੀਮ ਅਲਬੇਲਾ ਚਾਹੁੰ ਤੇ ਤੁਹਾਨੂੰ ਕੰਮ ਕਰਾ ਸਕਦੇ? ਹਾਂ, ਸਲੀਮ ਅਲਬੇਲਾ ਸਾਹਿਬ ਚਾਹੁੰ ਤੇ ਉਹ ਸਭ ਕੁਛ ਕਰ ਸਕਦੇ ਨੇ, ਉਹਨਾਂ ਦਾ ਸਿਰਫ ਫੋਨ ਜਾਣਾ ਤੇ ਮੇਰਾ ਕੰਮ ਹੋ ਜਾਣਾ। ਅੱਛਾ, ਇੱਕ ਟੀਵੀ ਤੇ ਨਾ ਪਲੇ ਸ਼ੁਰੂ ਹੋਇਆ ਸੀ, ਬਾਜ਼ਾਰ ਹੈ ਬੇਵਕੂਫ। ਹਾਂਜੀ। ਤੇ ਉਹਦੇ 'ਚ ਅੱਲਾ ਦਾ ਸ਼ੁਕਰ ਹੈ ਮੈਂ ਨਾ ਕੰਮ ਕੀਤਾ, ਉਹਦੇ 'ਚ ਮੇਰਾ ਬੜੀ ਅੱਛੀ ਪਰਫਾਰਮੈਂਸ ਰਹੀ ਹੈ। ਉਹਨਾਂ ਨੇ ਮੈਨੂੰ ਨਾ 40,000 ਰੁਪਏ ਐਪੀਸੋਡ ਦਾ ਦਿੰਦੇ ਸੀ, ਯਾਨੀ ਕਿ ਅੱਛਾ ਐਂ ਕਰਕੇ 3-4 ਐਪੀਸੋਡ ਉਹਨਾਂ ਦੇ ਬੜੇ ਨੇ। ਅੱਗੋਂ ਨਾ ਫਨਕਾਰ ਹੀ ਉਹਦੇ 'ਚ ਬੜੇ ਹੋ ਗਏ ਸੀ ਤੇ ਉਹਨਾਂ ਨੇ ਨਾ ਚੈਨਲ ਬੰਦ ਕਰਤਾ। ਉਸ ਤੋਂ ਬਾਅਦ ਟੈਲੀਵਿਜ਼ਨ ਤੇ ਨਹੀਂ ਕਿਸੇ ਬੁਲਾਇਆ? ਕਿਸੇ ਨੇ ਨਹੀਂ ਬੁਲਾਇਆ। ਸਲੀਮ ਅਲਬੇਲਾ ਸਾਹਿਬ ਦੇ ਤੇ ਹੁਣ ਅੱਲਾ ਦੀ ਇੰਨੀ ਰਹਿਮਤ ਤੇ ਉਹ ਚਾਹੁੰ ਤੇ ਤੁਹਾਨੂੰ ਆਪਣੇ ਚੈਨਲ ਤੇ, ਆਪਣੇ ਚੈਨਲ ਤੇ ਕਰਾ ਸਕਦੇ ਨੇ। ਇੰਨੇ ਕੁ ਪੈਸੇ ਤੇ ਉਹ ਮੈਨੂੰ ਦੇ ਸਕਦੇ ਕਿ ਮੇਰਾ ਕਿਚਨ ਚੱਲ ਸਕਦਾ। ਆ ਤਾਂ ਤੁਸੀਂ ਇੱਥੇ ਕਹੋ ਨਾ ਸਲੀਮ ਅਲਬੇਲਾ ਸਾਹਿਬ, ਤੁਸੀਂ ਮੇਰੇ ਬਚਪਨ ਦੇ ਸਾਥੀ ਹੋ ਸੀ, ਮੇਰੇ ਉਸਤਾਦ ਵੀ ਨੇ, ਮੇਰੇ ਮੇਰੇ ਵੀ ਉਸਤਾਦ ਹੀ ਨੇ, ਉਹਨਾਂ ਨੂੰ ਕਹਿ ਉੱਥੇ ਮਾਰ। ਸਲੀਮ ਅਲਬੇਲਾ ਸਾਹਿਬ ਮੇਰੇ ਉਸਤਾਦ ਨੇ, ਮੇਰੇ ਦੋਸਤ ਵੀ ਨੇ, ਭਰਾ ਵੀ ਨੇ, ਸ਼ਹਿਰਦਾਰ ਵੀ ਨੇ, ਤੇ ਉਹਨਾਂ ਵਾਸ ਉਹਨਾਂ ਅੱਗੇ ਮੇਰੀ ਰਿਕੁਐਸਟ ਹੈ ਕਿ ਮੈਨੂੰ ਵੀ ਕਿਤੇ ਚਾਂਸ ਲੈ ਕੇ ਦਿਓ। ਕੋਈ ਅਗਰ ਕੰਮ ਅੱਛਾ ਹੋਏਗਾ ਤੇ ਬੰਦਾ ਆਪ ਹੀ ਟੈਲੈਂਟ ਨਾਲ ਅੱਗੇ ਚਲੇ ਜਾਂਦਾ, ਜੇ ਕੰਮ ਮਾੜਾ ਹੋਏਗਾ ਤੇ ਅਗਲੇ ਘਰ ਤੇ ਭੇਜ ਹੀ ਦਿੰਦੇ। ਇਹ ਤੇ ਚਾਹਣ, ਜਿਸ ਤਰ੍ਹਾਂ ਇਹਨਾਂ ਦੀ ਅੱਲਾ ਨੇ ਬਾਹ ਫੜੀ, ਤੈਨੂੰ ਯੂਕੇ ਦਾ ਵੀਜ਼ਾ ਲਵਾ ਦੇਣ, ਕਿਸੇ ਬਾਹਰ ਦੇ ਮੁਲਕ ਦਾ ਵਿਜ਼ਿਟ ਕਰਾ ਦੇਣ, ਰੁਪਇਆ 8-10 ਲੱਖ ਤੇਰੇ ਬੱਚਿਆਂ ਨੂੰ ਆ ਜਾਏ। ਪਰ ਕਿਸੇ ਨੇ ਉਹਨਾਂ ਨੂੰ ਕਹਿ, ਉਹ ਕਹਿ ਉਹਨਾਂ ਨੂੰ ਉਹ ਉਧਰ ਕਹਿ, ਤਾਂ ਵਿਚੋਂ ਮੈਂ ਉਹਨਾਂ ਨੂੰ ਕਿਹਾ, ਮੈਂ ਤੇ ਫੋਨ ਤੇ ਵੀ ਕਿਹਾ ਵਾ, ਤੇ ਲੇਕਿਨ
ਐਰਕੀ ਪਹਿਲੀ ਵਾਰੀ ਈਦ ਦੇ ਵਿੱਚ ਉਹਨਾਂ ਨੇ ਮੈਨੂੰ 5,000 ਰੁਪਇਆ ਭੇਜਿਆ। ਮੈਂ ਕਿਹਾ ਉਸਤਾਦ ਜੀ ਮੇਰੇ ਹਾਲਾਤ ਬੜੇ ਟਾਈਟ ਨੇ ਅਤੇ ਮੇਰੇ ਬੱਚੇ ਤਾਂ ਕੱਪੜਿਆਂ ਤੋਂ ਵੀ ਬੈਠੇ ਨੇ। ਉਹਨਾਂ ਨੇ ਕਿਹਾ ਕੋਈ ਐਸੀ ਗੱਲ ਨਹੀਂ, ਟੈਨਸ਼ਨ ਨਾ ਲੈ ਅਤੇ ਆਪਣਾ ਅਕਾਊਂਟ ਨੰਬਰ ਦੱਸ। ਮੈਂ ਉਹਨਾਂ ਨੂੰ ਫਿਰ ਦੱਸਿਆ ਅਤੇ ਉਹਨਾਂ ਨੇ ਮੈਨੂੰ 5,000 ਰੁਪਈਆ ਇਹ ਛੋਟੀ ਈਦ 'ਤੇ ਭੇਜਿਆ। ਉਹ ਮੈਂ ਬੱਚਿਆਂ ਨੂੰ ਕੱਪੜੇ ਵਗੈਰਾ ਲੈ ਕੇ ਦਿੱਤੇ। ਅੱਛਾ ਲਓ ਜੀ, ਜਿਹੜੇ ਮੇਰੇ ਓਵਰਸੀਜ਼ ਪਾਕਿਸਤਾਨੀ ਨੇ ਅਸਲ ਹੱਕਦਾਰ ਹੈ ਬੈਠਾ ਅਤੇ ਫਰਾਡੀਏ ਖਾ ਜਾਂਦੇ ਨੇ ਪੈਸੇ, ਇਹਨਾਂ ਦਾ ਖਿਆਲ ਕਰੋ। ਇਹ ਲੋਕ ਬਾਕੀ ਹੱਕਦਾਰ ਨੇ। ਤੇ ਬਿਸ਼ੀ ਸਾਹਿਬ ਸਲੀਮ ਅਲ ਬੇਲਾ ਸਾਹਿਬ ਨੂੰ ਸਲੂਟ ਕਰੋ। ਇਹ ਸਲੀਮ ਅਲ ਬੇਲਾ ਸਾਹਿਬ ਨੂੰ ਮੇਰਾ ਸਲੂਟ ਹੈ। ਤੇ ਉਹਨਾਂ ਨੂੰ ਘੁੰਮ ਲੂ ਕੰਮ ਕਰਾਓ, ਮੈਨੂੰ ਕੰਮ ਕਰਵਾਓ, ਥੋੜਾ ਜਿਹਾ ਰੋਣ ਵਾਲਾ ਮੂੰਹ ਬਣਾ ਸਰ ਜੀ, ਮੈਨੂੰ ਥੋੜਾ ਜਿਹਾ ਕੰਮ ਔਰ ਰੋਣ ਵਾਲਾ ਮੂੰਹ। ਬੜੀ ਮਿਹਰਬਾਨੀ ਸਰ ਜੀ, ਮੈਂ ਤੇ ਰੁੱਲ ਗਿਆ, ਯਕੀਨ ਕਰੋ ਸਰ ਜੀ।